जिथा जाए बई पला कई सो सिख सखा बंदप है भाई जे गुर के भाणे विच आवै अपने भाणे जो चलै भाई विछड़ चोटा खावै। सतगुर दीन दयाल दा ए पावन बचन समुची कायनात दे लई कुदरत दे विच वसदे हुए प्राणियां लई समुचे जीवां लई अटल हुक्म है कि परमेश्वर दे भाणे विच जीवन जीवना ही असल धर्म है। सतगुरां ने बाणी रूप विच वरत के इन्हां पावन बचना दे राही अपने गुरु समरथ दे प्रति भै भावनी नू दृढ़ कराउण दा सिख दे लई उपदेश बख्शिश कीता। गुरु दे बचन नू मनना कमाउणा ते जीवन जाच दे रूप विच गुरमत दे दर्शाए होए मार्ग ते टुरना इहो तां सिखी है। सिखी केवल गल्लां दा नाम नहीं सगों सिखी तां कमाई दा नाम है धर्म दा मूल है। जे धर्म दा मूल ही जीवन विच प्रगट नहीं होया सिख ने जदों तक मूल मंत्र नूं ही नहीं जाणिया ते अगां किवें कदम पुटिया जावे। इहो तां बदकिस्मती है कि अजोके समें दा सिख बहुतात गिनती विच अजे सिखी दे मूल मंत्र तों ही जाणू नहीं। धर्म दे विरोधियां ने सिखी दा घाण करन वालियां ने इसे लई मूल मंत्र विच कई प्रकार दे भुलेखे पा दित्ते। किसे ने आख्या गुरप्रसाद तक जपना है ते किसे ने कह दिता नानक होसी भी सच तक जपना है। आम सिख भुलेखे विच पै गया कौन ठीक है ते कौन गलत ते ए भुलेखा आम सिख नू मूल मंत्र तो ही दूर कर गया। सिखी दे विरोधी भली भांत जानदे ने जदों तक मनुख अपने धर्म दे मूल नाल ही नहीं जुड़िया ते अगां दियां बातां दा आनंद किवें माणेगा। सो कई प्रकार दे ऐसे भुलेखे गुरबाणी दे प्रथाए इतिहास दे प्रथाए गुरु साहब ते उना दे सिखां दे प्रथाए पाउण दे लई कई विरोधी यतनशील ने सिख ने अपने धर्म नू जानना मूल मंत्र नू जानना। गुरु सवारियो सचे पातशाह दी रहमत ते बख्शिश जो ये पावन विचार गुरसिख दे चार अखरां दी पिछले लमेरे समय तो आप जी सरवण कर रहे सो बेनती करां भावें समुचा जीवन लंघ जाए पर परमात्मा दी वड्डी वड्याई कदे समाप्त नहीं हुंदी। भावें मनुख दा जीवन बीत जाए जेहवा रुक जाए पर गुरु दी डूंगी विचार मर्यादा इन्हां अथाह ते बेअंत गुणा दा अंत नहीं पाया जा सकता। एक दू जीभों लख होए लख होवै लख वीस लख लख गेड़ा आखी है एक नाम जगदीश।
ਮਨੁੱਖ ਨੇ ਤਾਂ ਕੇਵਲ ਯਤਨਸ਼ੀਲ ਹੋਣਾ ਵੱਡੇ ਕੀਆਂ ਵਡਿਆਈਆਂ ਕਰਨ ਦੇ ਲਈ, ਅੰਤ ਪਾਉਣ ਦਾ ਯਤਨ ਨਹੀਂ ਕਰਨਾ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਭਾਵੇਂ ਲਮੇਰੇ ਸਮੇਂ ਤੋਂ ਗੁਰਸਿੱਖ ਦੇ ਪ੍ਰਕਰਣ ਦੀ ਸੇਵਾ ਲਈ, ਪਰ ਅਖੀਰ ਇੱਕ ਦਿਨ ਅੰਤ ਹੋਣਾ ਲਾਜ਼ਮੀ ਹੈ। ਸੋ ਅੱਜ ਇਸ ਲੜੀ ਦਾ ਅਖੀਰਲਾ ਐਪੀਸੋਡ ਆਪ ਜੀ ਦੇ ਚਰਨਾਂ ਵਿੱਚ ਰੱਖ ਸਕਾਂ, ਪੇਸ਼ ਕਰ ਸਕਾਂ, ਆਪ ਜੀ ਅਸੀਸ ਬਖਸ਼ਣਾ। ਆਉਣ ਵਾਲੇ ਸਮਿਆਂ ਵਿੱਚ ਫਿਰ ਗੁਰੂ ਕੀਆਂ ਹੋਰ ਬਾਤਾਂ ਕਿਸੇ ਹੋਰ ਪ੍ਰਕਰਨ ਨੂੰ ਲੈ ਕੇ ਸਾਂਝੀਆਂ ਕਰਨ ਦਾ ਯਤਨ ਕਰ ਸਕਾਂਗੇ। ਗੁਰੂ ਸਾਹਿਬ ਕਿਰਪਾ ਕਰ, ਬੇਨਤੀ ਕੀਤੀ ਸੀ ਅੱਠ ਪ੍ਰਕਾਰ ਦੇ ਸਿੱਖ ਸਮਾਜ ਦੇ ਵਿੱਚ ਵਿਚਰਦਿਆਂ ਆਮ ਤੌਰ 'ਤੇ ਨਜ਼ਰੀ ਆਉਂਦੇ ਨੇ, ਇਸ ਪ੍ਰਕਰਨ ਨੂੰ ਸੰਪੂਰਨ ਕਰਾਂ, ਫਿਰ ਆਪ ਜੀ ਤੋਂ ਆਗਿਆ ਲਵਾਂਗਾ। ਛੇ ਪ੍ਰਕਾਰ ਦੇ ਸਿੱਖ ਆਪ ਜੀ ਨਾਲ ਸਾਂਝ ਪੈ ਚੁੱਕੀ ਹੈ, ਕੇਵਲ ਬੋਲ ਕੇ ਲੰਘਾਂ। ਪਹਿਲੇ ਨੇ ਨੇਮ ਸਿੰਘ, ਕੇਵਲ ਨਾਮ ਦੇ ਸਿੱਖ। ਦੂਜੇ ਨੇ ਸ਼ੇਮ ਸਿੰਘ, ਜਿਨ੍ਹਾਂ ਨੇ ਸਿੱਖੀ ਦੇ ਮੁੱਢਲੇ ਉਦੇਸ਼ ਨੂੰ ਹੀ ਨਹੀਂ ਜਾਣਿਆ, ਨਸ਼ੇ, ਭੈੜੇ ਹਾਲਾਤ, ਕੇਸਾਂ ਦਾ ਕਤਲ, ਹੋਰ ਕਈ ਪ੍ਰਕਾਰ ਦੇ ਐਸੇ ਅਨਕਾਰਜਾਂ ਵਿੱਚ ਰੁੱਝ ਗਏ ਜਿਨ੍ਹਾਂ ਦਾ ਸਿੱਖੀ ਨਾਲ ਦੂਰ ਤੱਕ ਕੋਈ ਵਾਸਤਾ ਨਹੀਂ। ਅਤੇ ਐਸੇ ਮਨੁੱਖ ਵੀ ਜੇ ਸਿੱਖ ਹੋਣ ਦਾ ਦਾਅਵਾ ਕਰਨ ਤਾਂ ਸੱਚ ਜਾਣਨਾ ਸ਼ਰਮ ਆਉਂਦੀ ਹੈ। ਬਾਬਾ ਜੀ ਨੇ ਬਚਨ ਕੀਤਾ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਹੋਂ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਪਹਿਲੇ ਨੇ ਨੇਮ ਸਿੰਘ, ਦੂਜੇ ਸ਼ੇਮ ਸਿੰਘ, ਤੀਜੇ ਗੇਮ ਸਿੰਘ, ਲੋਗਨ ਰਾਮ ਖਿਲੋਨਾ ਜਾਣਾ, ਜਿਨ੍ਹਾਂ ਨੇ ਸਿੱਖੀ ਨੂੰ ਕੇਵਲ ਖੇਡ ਸਮਝਿਆ। ਚੌਥੇ ਫੇਮ ਸਿੰਘ, ਗੁਰੂ ਦੀ ਕਿਰਪਾ ਨਾਲ ਥੋੜ੍ਹੀ ਜਿਹੀ ਸ਼ੋਹਰਤ ਮਿਲੀ, ਫੇਮਸ ਹੋ ਗਏ, ਮਾਇਆ ਜੀਵਨ ਵਿੱਚ ਪ੍ਰਧਾਨ ਹੋ ਗਈ, ਗੁਰੂ ਦੇ ਅਸਲ ਮੁੱਦੇ ਤੋਂ ਦੂਰ ਹੁੰਦੇ ਚਲੇ ਗਏ, ਅਤੇ ਕਈ ਤਾਂ ਗੁਰੂ ਦੇ ਸ਼ਰੀਕ ਬਣ ਬੈਠੇ, ਗੁਰਬਾਣੀ 'ਤੇ ਕਿੰਤੂ ਕਰਨ ਲੱਗ ਪਏ। ਇਹ ਵੀ ਪੰਥ ਲਈ ਬੜੇ ਖਤਰਨਾਕ ਨੇ। ਪੰਜਵੇਂ ਨੇ ਫਲੇਮ ਸਿੰਘ, ਧਰਮ ਦੇ ਨਾਂ 'ਤੇ ਅੱਗਾਂ ਲਾਉਣ ਵਾਲੇ, ਭਰਾ ਨੂੰ ਭਰਾ ਦਾ ਦੁਸ਼ਮਣ ਬਣਾਉਣ ਵਾਲੇ, ਪੰਥ ਵਿੱਚ ਕਈ ਪ੍ਰਕਾਰ ਦੇ ਭੁਲੇਖੇ ਪਾ ਕੇ ਖੌਰੂ ਪਾਉਣ ਵਾਲੇ। ਛੇਵੇਂ ਨੇ ਕਲੇਮ ਸਿੰਘ, ਜੋ ਕੇਵਲ ਕਲੇਮ ਕਰਨਾ ਜਾਣਦੇ ਨੇ, ਕੇਵਲ ਦੁਨਿਆਵੀ ਪਦਾਰਥਾਂ ਵਿੱਚ ਖੱਚਤ ਹੋਏ ਨੇ, ਗੁਰੂ ਤੋਂ ਮੰਗਦੇ ਨੇ ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਮੰਗਣ ਵਾਲੇ ਤਾਂ ਬਹੁਤੇ ਨੇ, ਮਾਫ਼ ਕਰਨਾ ਮੰਨਣ ਵਾਲੇ ਬਹੁਤ ਘੱਟ ਨੇ। ਅਤੇ ਸੱਤਵੇਂ ਨੇ ਬਲੇਮ ਸਿੰਘ, ਜੀਵਨ ਵਿੱਚ ਜੇ ਕੋਈ ਚੰਗਾ ਕਾਰਾ ਹੋ ਗਿਆ, ਪੋਜ਼ਿਟਿਵ ਗੱਲ ਹੋ ਗਈ, ਕਿਸੇ ਪ੍ਰਕਾਰ ਦਾ ਲਾਭ ਹੋ ਗਿਆ, ਤਾਂ ਮਾਣ ਕਰਨਾ, ਸੰਸਾਰ ਵਿੱਚ ਰੌਲਾ ਪਾ ਦੇਣਾ ਕਿ ਇਹ ਕੰਮ ਮੈਂ ਕੀਤਾ। ਪਰ ਜੇ ਬਦਕਿਸਮਤੀ ਨਾਲ ਕੋਈ ਨੁਕਸਾਨ ਹੋ ਗਿਆ, ਕੋਈ ਨੈਗੇਟਿਵ ਗੱਲ ਹੋ ਗਈ, ਤਾਂ ਦੋਸ਼ ਗੁਰੂ ਨੂੰ ਦੇਣਾ, ਰੱਬ ਨੂੰ ਦੇਣਾ, ਵਾਹਿਗੁਰੂ ਨੇ ਸਾਡੇ ਨਾਲ ਕੀ ਕੀਤੀ। ਇਹ ਕੌਣ ਨੇ? ਜਿਹੜੇ ਕੇਵਲ ਬਲੇਮ ਕਰਨਾ ਜਾਣਦੇ ਨੇ, ਗੁਰਮਤ ਦੇ ਮਾਰਗ 'ਤੇ ਤੁਰੇ ਨਹੀਂ। ਕਿਉਂਕਿ ਜੇ ਤੁਰੇ ਹੁੰਦੇ ਤਾਂ ਇਸ ਗੱਲ ਦੀ ਸੋਝੀ ਹੁੰਦੀ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ। ਭਗਤ ਪਿਆਰਿਆਂ ਨੂੰ ਸੁੱਖ ਦੁੱਖ ਇੱਕੋ ਜਿਹੇ ਜਾਪਦੇ ਨੇ, ਕਿਉਂਕਿ ਉਹ ਆਨੰਦ ਦੀ ਅਵਸਥਾ ਵਿੱਚ ਜਿਉਂਦੇ ਨੇ। ਅਤੇ ਜੋ ਗੁਰਮਤ ਦੇ ਆਸ਼ੇ ਅਨੁਸਾਰ ਆਨੰਦਿਤ ਹੋ ਗਿਆ, ਉਸ ਦੇ ਲਈ ਕੀ ਸੁੱਖ ਅਤੇ ਕੀ ਦੁੱਖ। ਪਰ ਸਾਡੇ ਹਾਲਾਤ ਇਹੋ ਜਿਹੇ ਨੇ, ਸੁੱਖ ਵੇਲੇ ਗੁਰੂ ਨੂੰ ਵਿਸਾਰ ਕੇ, ਦੇਵਨਹਾਰ ਦਾਤਾਰ ਨੂੰ ਵਿਸਾਰ ਕੇ ਭੰਗੜੇ ਪਾਉਂਦੇ ਹਾਂ,
ਨਸ਼ੇ ਕਰਦੇ ਹਾਂ, ਨਸ਼ੇ ਵਰਤਾਉਂਦੇ ਹਾਂ ਅਤੇ ਦੁੱਖ ਵੇਲੇ ਢਹਿ ਢੇਰੀ ਹੋ ਕੇ ਬਹਿ ਜਾਂਦੇ ਹਾਂ, ਕੇਵਲ ਬਲੇਮ ਕਰਨਾ ਹੈ। ਜਦੋਂ ਗੁਰਸਿੱਖ ਦੇ ਚਾਰ ਅੱਖਰਾਂ ਦੀ ਪਰਿਭਾਸ਼ਾ ਆਪ ਜੀ ਨਾਲ ਸਾਂਝੀ ਹੋਈ ਨਾ, ਅਤੇ ਇਹ ਬਚਨ ਬਾਰ ਬਾਰ ਦੁਹਰਾਇਆ ਦਾਸ ਨੇ ਕਿ ਗੁਰਸਿੱਖ ਦੇ ਇਹ ਚਾਰ ਅੱਖਰ ਨਹੀਂ, ਗੱਗਾ, ਰਾਰਾ, ਸੱਸਾ ਅਤੇ ਖੱਖਾ, ਅਸਲ ਵਿੱਚ ਇਹ ਗੁਰਸਿੱਖੀ ਦਾ ਮੂਲ ਸਿਧਾਂਤ ਹੈ ਜੋ ਇਹਨਾਂ ਚਾਰ ਅੱਖਰਾਂ ਵਿੱਚ ਲੁਕਿਆ ਹੋਇਆ। ਕੇਵਲ ਬੋਲ ਕੇ ਲੰਘਾਂ, ਕਿਉਂਕਿ ਇਸ ਪ੍ਰਕਰਣ ਵਿੱਚ ਇਹ ਵਿਚਾਰ ਆਪ ਜੀ ਬਾਰ ਬਾਰ ਸਰਵਣ ਕੀਤੀ ਹੈ, ਕਿਉਂਕਿ ਅੱਜ ਇਸ ਲੜੀ ਦਾ ਅਖੀਰਲਾ ਐਪੀਸੋਡ ਹੈ, ਇਸ ਲਈ ਬੋਲ ਕੇ ਲੰਘਣਾ ਅਤਿ ਲਾਜ਼ਮੀ। ਗੁਰਸਿੱਖ ਦਾ ਪਹਿਲਾ ਅੱਖਰ ਗੱਗਾ, ਗਹਿਰ ਗੰਭੀਰ, ਇਹ ਹੈ ਗੁਰਸਿੱਖੀ ਦਾ ਸਿਧਾਂਤ, ਗੁਰਸਿੱਖ ਦੀ ਪਛਾਣ, ਇਹ ਹੈ ਪਰਮਾਤਮਾ ਦਾ ਨਿੱਜੀ ਗੁਣ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ। ਇਸ ਵਿਚਾਰ ਨੂੰ ਡਿਟੇਲ ਦੇ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ। ਗੁਰਸਿੱਖ ਦਾ ਦੂਜਾ ਅੱਖਰ ਰਾਰਾ, ਰਾਜ ਜੋਗੀ। ਗੁਰਬਾਣੀ ਵਿੱਚ ਬਚਨ ਹੈ, ਤੂੰ ਗੁਰਪ੍ਰਸਾਦ ਕਰ ਰਾਜ ਜੋਗ, ਕਟੀਏ ਤੇਰਾ ਅਹੰਗ ਰੋਗ। ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੇ ਦੋ ਸ਼ਸਤਰ ਪਹਿਨ ਕੇ, ਤਲਵਾਰਾਂ ਧਾਰਨ ਕਰਕੇ ਸਿੱਖ ਨੂੰ ਰਾਜ ਜੋਗੀ ਹੋਣ ਦਾ ਮਾਣ ਬਖਸ਼ਿਆ ਸੀ। ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਨ ਮੈਂ ਭੂਮਾ, ਸੱਚੇ ਪਾਤਸ਼ਾਹ ਇਸ ਜੀਵਨ ਨੂੰ ਜਿਉਣ ਦਾ ਚੱਜ ਦਰਸਾਉਂਦੇ ਨੇ। ਗੁਰਸਿੱਖ ਦਾ ਤੀਜਾ ਅੱਖਰ ਸੱਸਾ, ਸਮਰਪਣ ਦੀ ਭਾਵਨਾ। ਆਪਣੀ ਚਤੁਰਾਈ ਸਿਆਣਪ ਦਾ ਤਿਆਗ ਕਰਕੇ ਪੂਰਨ ਤੌਰ 'ਤੇ ਸਮਰਪਿਤ ਹੋ ਜਾਣਾ ਗੁਰੂ ਦੇ ਚਰਨਾਂ ਵਿੱਚ, ਟੋਟਲੀ ਸਰੈਂਡਰ ਕਰ ਦੇਣਾ। ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਐਸੀ ਅਵਸਥਾ ਦੇ ਵਿੱਚ ਜੇ ਕੁਝ ਚੰਗਾ ਹੋ ਗਿਆ ਤਾਂ ਗੁਰੂ ਦੀ ਕਿਰਪਾ, ਜੇ ਕੁਝ ਮਾੜਾ ਵੀ ਜਾਪਦਾ ਹੈ ਤਾਂ ਮੇਰੇ ਕਰਮਾਂ ਦਾ ਫਲ। ਦਦੈ ਦੋਸ ਨਾ ਦੇਊ ਕਿਸੇ, ਦੋਸ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਜੀਜੇ ਅਵਰਜਨਾ। ਸਮਰਪਣ ਦੀ ਭਾਵਨਾ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਗੁਰਸਿੱਖ ਦਾ ਚੌਥਾ ਅੱਖਰ ਖੱਖਾ, ਖੰਡੇ ਦੀ ਧਾਰ 'ਤੇ ਟਿਕਣਾ। ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀ ਅਤ ਪੀੜੀ, ਖੰਡੇ ਦੀ ਧਾਰ 'ਤੇ ਤੁਰਨਾ, ਇਹ ਸਿੱਖੀ ਦਾ ਮੂਲ ਸਿਧਾਂਤ। ਪਰ ਬੇਨਤੀ ਕਰਾਂ, ਖੰਡੇ ਦੀ ਧਾਰ 'ਤੇ ਤੁਰਨ ਲਈ ਗੁਰਬਾਣੀ ਦਾ ਪੜ੍ਹਨਾ, ਗੁਰਬਾਣੀ ਦਾ ਨੇਮ ਅਤੇ ਗਿਆਨ ਹੋਣਾ ਅਤਿ ਲਾਜ਼ਮੀ। ਪਹਿਲਾਂ ਵੀ ਕਈ ਵੇਰਾਂ ਬੇਨਤੀ ਕੀਤੀ, ਗੁਰਬਾਣੀ ਤੋਂ ਬਿਨਾਂ ਕੁਰਬਾਣੀ ਸੰਭਵ ਨਹੀਂ। ਪੁਰਾਤਨ ਸਿੰਘਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਜਿਨ੍ਹਾਂ ਨੇ ਵੀ ਗੁਰੂ ਚਰਨਾਂ 'ਤੇ ਭਰੋਸਾ ਰੱਖ ਕੇ ਕੁਰਬਾਣੀ ਦਿੱਤੀ ਨਾ, ਉਹਨਾਂ ਦੇ ਜੀਵਨ ਵਿੱਚ ਗੁਰਬਾਣੀ ਦੇ ਵੱਧ ਤੋਂ ਵੱਧ ਨੇਮ ਹੋਇਆ ਕਰਦੇ ਸਨ। ਇਬਾਦਤ ਤੋਂ ਬਿਨਾਂ ਸ਼ਹਾਦਤ ਸੰਭਵ ਨਹੀਂ। ਸੋ ਇਸ ਲਈ ਗੁਰੂ ਸਾਹਿਬ ਬਚਨ ਕਰਦੇ ਨੇ, ਉੱਠ ਨਾਮ ਜਪ, ਪਰਮਾਤਮਾ ਨੂੰ ਚਿਤਵਣਾ ਕਰ, ਦੇਵਨ ਹਾਰ ਦਾਤਾਰ ਨੂੰ ਸਿਫਤ ਸਲਾਹਣਾ ਕਰਕੇ ਆਪਣੇ ਚਿੱਤ ਵਿੱਚ ਵਸਾ। ਅਰਦਾਸ ਕਰਨਾ, ਇਹ ਸੱਤ ਪ੍ਰਕਾਰ ਦੇ ਜਿਹੜੇ ਸਿੱਖ ਨੇ ਇਹਨਾਂ ਦੀ ਗਿਣਤੀ ਵਿੱਚ ਨਾ ਆਈਏ। ਨੇਮ ਸਿੰਘ, ਸ਼ੇਮ ਸਿੰਘ, ਗੇਮ ਸਿੰਘ, ਫੇਮ ਸਿੰਘ, ਫਲੇਮ ਸਿੰਘ, ਕਲੇਮ ਸਿੰਘ, ਬਲੇਮ ਸਿੰਘ, ਇਹਨਾਂ ਦੀ ਗਿਣਤੀ ਵਿੱਚ ਨਾ ਆਈਏ। ਅਤੇ ਅੱਠਵੇਂ ਪ੍ਰਕਾਰ ਦੇ ਜਿਹੜੇ ਸਿੱਖ ਨੇ ਨਾ, ਅਰਦਾਸ ਕਰਨਾ ਉਹਨਾਂ ਦੇ ਦਾਇਰੇ ਵਿੱਚ ਸਾਡਾ ਨਾਮ ਵੀ ਸ਼ਾਮਲ ਹੋ ਜਾਵੇ। ਇਹ ਨੇ ਉੱਤਮ ਪ੍ਰਕਾਰ। ਫਰੇਮ ਸਿੰਘ, ਐੱਫ ਆਰ ਏ ਐੱਮ ਈ, ਫਰੇਮ,
ਅਰਦਾਸ ਕਰਦਾ, ਸਤਿਗੁਰੂ ਰਹਿਮਤ ਕਰੋ, ਜੇ ਸਿੱਖੀ ਦਾ ਸਰੂਪ ਬਖਸ਼ਿਆ, ਜੇ ਜਪਜੀ ਸਾਹਿਬ ਪੜ੍ਹਨ ਵਾਲੀ ਮਾਤਾ ਦੇ ਕੁੱਖੋਂ ਜਨਮ ਹੋਇਆ, ਜੇ ਸਾਰੇ ਸੰਸਾਰ ਦੇ ਵਿੱਚ ਇਸ ਸਿੱਖੀ ਦੇ ਸਰੂਪ ਕਰ ਸੋਹਣੀ ਦਸਤਾਰ ਕਾਰਨ ਸਤਿਗੁਰੂ ਜੇ ਸਤਿਕਾਰ ਮਿਲਦਾ ਨਾ, ਤਾਂ ਇੰਨੀ ਕੁ ਕਿਰਪਾ ਕਰਨਾ ਕਲਗੀਧਰ ਪਾਤਸ਼ਾਹ, ਤੁਹਾਡੀ ਮਰਿਆਦਾ ਦੇ ਫਰੇਮ ਵਿੱਚ ਮੈਂ ਫਿੱਟ ਹੋ ਸਕਾਂ, ਮੇਰੀ ਤਸਵੀਰ ਵੀ ਤੁਹਾਡੀ ਮਰਿਆਦਾ ਦੇ ਫਰੇਮ ਵਿੱਚ ਸ਼ਾਮਲ ਹੋ ਜਾਵੇ। ਕਿਉਂਕਿ ਮਰਿਆਦਾ ਉੱਤਮ ਹੈ, ਬੰਦਾ ਉੱਚਾ ਨਹੀਂ। ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ, ਮਰਿਆਦਾ ਕਿਸੇ ਡੇਰੇ ਦੀ ਨਹੀਂ, ਕਿਸੇ ਬੰਦੇ ਦੀ ਨਹੀਂ, ਮਰਿਆਦਾ ਪੰਥਕ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੁੰਦੀ। ਉਸ ਫਰੇਮ ਵਿੱਚ ਫਿੱਟ ਹੋ ਜਾਈਏ, ਉਹ ਮਰਿਆਦਾ ਦਾ ਫਰੇਮ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਖਾਲਸਾ ਖਾਸ ਕਹਾਵੈ ਸੋਈ, ਜਾਂ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਐਸੀ ਮਰਿਆਦਾ ਦਾ ਫਰੇਮ, ਐਸੀ ਮਰਿਆਦਾ ਵਿੱਚ ਗੁਰੂ ਸਾਹਿਬ ਕਿਰਪਾ ਕਰਕੇ ਤਰਸ ਕਰਕੇ ਆਪ ਸ਼ਾਮਲ ਕਰਨ, ਜੋ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰੂਪ ਵਿੱਚ, ਕਲਗੀਧਰ ਪਾਤਸ਼ਾਹ ਦੀ ਦਰਸਾਈ ਹੋਈ ਮਰਿਆਦਾ ਦੇ ਰੂਪ ਵਿੱਚ ਪੰਥ ਨੂੰ ਝੋਲੀ ਪਾਈ। ਮਰਿਆਦਾ ਕੈਸੀ ਹੋਵੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਨਿਜ ਨਾਰੀ ਕੇ ਸੰਗ ਨੇਹ ਤੁਮ ਨਿਤ ਵਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈਓ। ਐਸੀ ਮਰਿਆਦਾ ਦਾ ਫਰੇਮ, ਮੇਰਾ ਜੀਵਨ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਐਸਾ ਬਣ ਜਾਵੇ ਕਿ ਤੁਹਾਡੀ ਮਰਿਆਦਾ ਦੇ ਵਿੱਚ ਜੀਵਨ ਜਿਉਂਦਿਆਂ, ਤੁਹਾਡੀ ਭੈ ਭਾਵਨੀ ਵਿੱਚ ਜੀਵਨ ਜਿਉਂਦਿਆਂ ਇੱਕ ਇੱਕ ਸਵਾਸ ਸਫਲ ਹੋਵੇ। ਅਰਦਾਸ ਕਰਨਾ, ਅੱਠਵੇਂ ਪ੍ਰਕਾਰ ਦਾ ਸਿੱਖ ਕਿਤੇ ਇਹਨਾਂ ਵਿੱਚ ਮੇਰੀ ਗਿਣਤੀ ਵੀ ਸ਼ੁਮਾਰ ਹੋ ਜਾਵੇ। ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਅਰਦਾਸ ਕਰੀਏ, ਮੇਰੀ ਵਾਰੀ ਕਦੋਂ ਆਵੇਗੀ? ਉਸ ਸੋਹਣੇ ਰੱਬ ਦੇ ਪਾਵਨ ਚਰਨਾਂ ਦੇ ਵਿੱਚ ਮੇਰੀ ਹਾਜ਼ਰੀ ਕਦੋਂ ਲੱਗੇਗੀ? ਕਿਉਂਕਿ ਕੇਵਲ ਗੱਲਾਂ ਕੀਤੀਆਂ ਗੁਰੂ ਦੀ ਖੁਸ਼ੀ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਗੱਲਾਂ ਕਰੇ ਘੜੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ। ਜਦੋਂ ਤੱਕ ਗੁਰੂ ਦੇ ਦਰਸਾਏ ਹੋਏ ਮਾਰਗ ਦੇ ਕਦਮ ਨਹੀਂ ਪੁੱਟਿਆ, ਸੇਵਾ ਸਿਮਰਨ ਵਿੱਚ ਮਨ ਨਹੀਂ ਜੁੜਿਆ, ਦਰਗਾਹ ਦੇ ਵਿੱਚ ਮਾਣ ਪ੍ਰਾਪਤ ਨਹੀਂ ਹੋਣਾ। ਮਤ ਹੁੰਦੀ ਹੋਏ ਐਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹ ਹੈ ਗੁਰਮਤ ਦੀ ਮਰਿਆਦਾ ਦਾ ਫਰੇਮ। ਇਸ ਫਰੇਮ ਵਿੱਚ ਆਪਣੇ ਆਪ ਨੂੰ ਫਿੱਟ ਕਰਨਾ, ਇਹ ਹੈ ਗੁਰਮਤ ਫਰੇਮ ਸਿੰਘ, ਜੋ ਗੁਰਮਤ ਦੀ ਮਰਿਆਦਾ ਦੇ ਫਰੇਮ ਵਿੱਚ ਸੈਟਲ ਹੋ ਗਏ, ਬਖਸ਼ੇ ਜਾਣਗੇ। ਗੁਰੂ ਸਾਹਿਬ ਰਹਿਮਤ ਕਰਨ, ਆ ਗੁਰਸਿੱਖ ਦਾ ਜੋ ਪ੍ਰਕਰਨ ਆਪ ਜੀ ਨੇ ਲਗਭਗ ਪਿਛਲੇ ਡੇਢ ਵਰੇ ਤੋਂ ਇੱਕੋ ਪ੍ਰਕਰਨ 'ਤੇ ਕਥਾ ਦੀ ਸੇਵਾ ਲਈ, ਕਿਤੇ ਇੱਕ ਬਚਨ ਵੀ ਕਿਸੇ ਪ੍ਰਾਣੀ ਦੇ ਗੁਰਸਿੱਖ ਦੇ ਹਿਰਦੇ ਵਿੱਚ ਟਿਕ ਗਿਆ, ਦਾਸ ਗਰੀਬ ਦਾ ਬੋਲਿਆ ਸਫਲ ਹੋ ਗਿਆ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸੱਚੇ ਪਾਤਸ਼ਾਹ ਰਹਿਮਤੇ ਹਰ ਗੰਜ, ਕਿਰਪਾਲਤਾ ਦੇ ਸਾਗਰ, ਦਿਆਲਤਾ ਦੇ ਪੁੰਜ,
ਆਪਣੇ ਪੰਥ ਦੀ ਸੇਵਾ ਇਸੇ ਪ੍ਰਕਾਰ ਆਪ ਲੈਣ, ਆਪ ਰਹਿਮਤ ਕਰਨ, ਬਖਸ਼ਿਸ਼ ਕਰਨ। ਵੱਡੇ ਕੀਆਂ ਵਡਿਆਈਆਂ ਨੂੰ ਬਿਆਨ ਕਰਦਿਆਂ ਹੀ ਜੀਵਨ ਬੀਤ ਜਾਵੇ। ਠੱਗੀਆਂ ਠਗੌਰੀਆਂ ਤੋਂ ਬਚਾ ਕੇ ਸਤਿਗੁਰੂ ਆਪਣੇ ਚਰਨਾਂ ਨਾਲ ਜੋੜਨ। ਸੱਚੇ ਪਾਤਸ਼ਾਹ ਦੀ ਕਿਰਪਾ ਦਾਸ ਦਾ ਯਤਨ ਸੀ ਕਿ ਗੁਰਬਾਣੀ ਦੀ ਡੂੰਘੀ ਵਿਚਾਰ ਗੁਰਸਿੱਖ ਦੇ ਪਰਥਾਏ, ਜੋ ਸਤਿਗੁਰਾਂ ਨੇ ਬਚਨ ਉਚਾਰਨ ਕੀਤੇ ਹਨ, ਪੁਰਾਤਨ ਰਹਿਤ ਨਾਮਿਆਂ ਦੇ ਵਿੱਚੋਂ ਗੁਰਸਿੱਖ ਦੀ ਕਰਨੀ ਉੱਚੀ ਅਤੇ ਸੁੱਚੀ, ਗੁਰਸਿੱਖ ਦੀ ਸੁਮਤ ਅਤੇ ਇਤਿਹਾਸਕ ਪੱਖੋਂ ਵੀ ਝਾਤ ਪਾ ਕੇ ਕੁਝ ਕੁ ਗੱਲਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਾ ਸਕਣ। ਬਹੁਤ ਸ਼ੁਕਰਗੁਜ਼ਾਰ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਨੇ ਆਪਣੀ ਪਾਵਨ ਰਹਿਨੁਮਾਈ ਹੇਠ ਇਸ ਪ੍ਰਕਰਨ ਦੀ ਸੇਵਾ ਲੈ ਕੇ ਦਾਸ ਗਰੀਬ ਨੂੰ ਸੰਗਤਾਂ ਦੀ ਚਰਨ ਧੂੜੀ ਦਾ ਪਾਤਰ ਬਣਾਇਆ। ਸੱਚੇ ਪਾਤਸ਼ਾਹ ਰਹਿਮਤ ਕਰਨ, ਇਸੇ ਪ੍ਰਕਰਨ 'ਤੇ ਜੋ ਆਪ ਜੀ ਨੇ ਪਿਛਲੇ ਡੇਢ ਵਰੇ ਤੋਂ ਲਗਾਤਾਰ ਸੁਣਿਆ, ਗੁਰਸਿੱਖੀ ਬਾਰੀਕ ਹੈ ਦੇ ਸਿਰਲੇਖ ਹੇਠ ਬਹੁਤ ਛੇਤੀ ਦਾਸ ਦੀ ਹਸਤ ਲਿਖਤ ਕਿਤਾਬ ਉਹ ਵੀ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਨ ਦਾ ਯਤਨ ਕਰਾਂਗਾ, ਤਾਂ ਜੇ ਸਮੁੱਚੇ ਵਿਸ਼ਵ ਵਿੱਚ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਸਿੱਖ ਦੇ ਚਾਰ ਅੱਖਰਾਂ ਦੀ ਪਰਿਭਾਸ਼ਾ, ਗੁਰਸਿੱਖ ਦੇ ਸਿਧਾਂਤ, ਗੁਰਸਿੱਖੀ ਦਾ ਮੂਲ, ਗੁਰਸਿੱਖ ਦਾ ਸੁਭਾਅ ਲਿਖਤ ਰੂਪ ਵਿੱਚ ਆਪ ਜੀ ਤੱਕ ਪਹੁੰਚਾ ਸਕਾਂ, ਐਸੀ ਅਸੀਸ ਬਖਸ਼ਣਾ। ਛਪਾਈ ਦੇ ਲਈ ਇਹ ਬੁੱਕ ਤਿਆਰ ਹੈ, ਕੁਝ ਕੁ ਸਮਾਂ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਯਤਨ ਹੋਵੇਗਾ ਆਪ ਜੀ ਦੇ ਹੱਥਾਂ ਵਿੱਚ ਇਹ ਪੁਸਤਕ ਪਹੁੰਚ ਸਕੇ। ਸਤਿਗੁਰੂ ਕਿਰਪਾ ਨਿਧਾਨ, ਜਿਨ੍ਹਾਂ ਦੀਆਂ ਬੇਅੰਤ ਬਖਸ਼ਿਸ਼ਾਂ ਅਤੇ ਰਹਿਮਤਾਂ ਪੰਥ ਵਿੱਚ ਵਿਚਰ ਰਹੇ ਉਹ ਗੁਰਸਿੱਖ ਪਿਆਰੇ ਪਏ ਮੰਨਦੇ ਨੇ, ਜਿਨ੍ਹਾਂ ਨੇ ਕੇਵਲ ਗੁਰਸਿੱਖੀ ਦੀ ਗੱਲ ਨਹੀਂ ਕੀਤੀ ਸਗੋਂ ਗੁਰਸਿੱਖੀ ਨੂੰ ਆਪਣੇ ਜੀਵਨ ਵਿੱਚ ਹੰਢਾਇਆ, ਐਸੇ ਗੁਰਸਿੱਖਾਂ ਦੀ ਨੇਕ ਕਰਨੀ ਸਦਕਾ ਇਹ ਸੰਭਵ ਹੋ ਸਕਿਆ ਕਿ ਇਹ ਵਿਚਾਰਾਂ ਆਪ ਜੀ ਦੇ ਸਨਮੁੱਖ ਰੱਖੀਆਂ ਜਾ ਸਕਣ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸ਼ੁਕਰਾਨਾ, ਉੱਥੇ ਸਾਧ ਸੰਗਤ ਜੀ ਦੀਆਂ ਬੇਅੰਤ ਅਸੀਸਾਂ ਅਤੇ ਬਰਕਤਾਂ, ਅਤੇ ਨਾਲ ਹੀ ਫਤਿਹ TV ਸਮੁੱਚੇ ਪਰਿਵਾਰ ਵੱਲੋਂ, ਜਿਨ੍ਹਾਂ ਨੇ ਇਹ ਸਮੁੱਚੀਆਂ ਬਾਤਾਂ ਰਿਕਾਰਡ ਕਰਕੇ ਆਪ ਸੰਗਤਾਂ ਦੇ ਸਨਮੁੱਖ ਰੱਖਣ ਦੀ ਇਜਾਜ਼ਤ ਅਤੇ ਮਾਣ ਬਖਸ਼ਿਆ। ਗੁਰੂ ਸਵਾਰਿਓ, ਗੁਰਸਿੱਖ ਦੇ ਪਰਥਾਏ ਬੋਲਣਾ, ਜੀਵਨ ਬੀਤ ਜਾਵੇ ਪਰ ਗੁਰੂ ਦੇ ਸਿਧਾਂਤ ਇਤਨੇ ਵਿਸ਼ਾਲ ਨੇ ਕਿ ਇੱਕ ਜੀਵਨ ਦੇ ਵਿੱਚ ਇਹ ਬਿਆਨ ਨਹੀਂ ਕੀਤੇ ਜਾ ਸਕਦੇ। ਸਤਿਗੁਰੂ ਜਦੋਂ ਦਿਆਲ ਹੋਣ ਤਾਂ ਇਸ ਪ੍ਰਕਾਰ ਦੀ ਸੇਵਾ ਲੈਂਦੇ ਨੇ, ਜਿਵੇਂ ਪਿਛਲੇ ਸਮਿਆਂ ਦੇ ਵਿੱਚ ਮਿੱਤਰ ਦੇ ਪ੍ਰਕਰਨ 'ਤੇ ਇਹਨਾਂ ਤਿੰਨ ਅੱਖਰਾਂ ਦੇ ਉੱਤੇ ਸਤਿਗੁਰਾਂ ਨੇ ਲਗਭਗ 637 ਘੰਟੇ ਮਿੱਤਰ ਦੇ ਪ੍ਰਕਰਨ 'ਤੇ ਸੇਵਾ ਲਈ। ਆਪ ਸੰਗਤਾਂ ਨੇ ਸਰਵਣ ਕਰਕੇ ਦਾਸ ਗਰੀਬ ਨੂੰ ਮਾਣ ਬਖਸ਼ਿਆ। ਆਉਣ ਵਾਲੇ ਸਮੇਂ ਵਿੱਚ ਯਤਨ ਹੋਏਗਾ ਕਿ ਸਤਿਗੁਰ ਲਫਜ਼ ਦੇ ਚਾਰ ਅੱਖਰਾਂ ਦੀ ਵਿਚਾਰ, ਇਹ ਵੀ ਗੁਰਬਾਣੀ ਦੇ ਆਸ਼ੇ ਅਨੁਸਾਰ ਸਤਿਗੁਰੂ ਸੇਵਾ ਲੈ ਸਕਣ।
ਗੁਰਸਿੱਖ ਦੇ ਪ੍ਰਕਰਨ ਅਤੇ ਸੇਵਾ ਕਰਦਿਆਂ ਜਾਣੇ ਅਣਜਾਣੇ ਵਿੱਚ ਕਈ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਦਾਸ ਨੂੰ ਆਪਣੇ ਦਰ ਘਰ ਦਾ ਪੰਥ ਦਾ ਕੂਕਰ ਜਾਣ ਕੇ ਖਿਮਾ ਕਰ ਦੇਣਾ, ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਜੀ ਦੀਆਂ ਰਹਿਮਤਾਂ ਤੋਂ ਬਿਨਾਂ ਇਹ ਸੰਭਵ ਨਹੀਂ। ਜੇ ਬਾਣੀ ਦੀ ਵਿਚਾਰ ਕਰਦੇ ਹਾਂ, ਇਤਿਹਾਸਕ ਪੱਖੋਂ ਕੋਈ ਗੱਲ ਕਰਦੇ ਹਾਂ, ਕਿਸੇ ਦਾ ਰਿਧਾ ਦੁਖਿਆ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਗੁਰਸਿੱਖ ਦੇ ਪ੍ਰਥਾਏ ਬਾਣੀ ਦੇ ਇਹ ਬਚਨ ਸਾਂਝੇ ਕਰਕੇ ਫਿਰ ਫਤਿਹ ਦੀ ਸਾਂਝ ਪਾਉਂਦੇ ਹਾਂ। ਪਿਤਾ ਗੁਰਦੇਵ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰਾਂ ਦਾ ਇਹ ਪਾਵਨ ਬਚਨ 1421 ਅੰਗ 'ਤੇ ਸੁਭਾਏਮਾਨ ਹੈ। ਸਤਿਗੁਰ ਪੁਰਖ ਹਰ ਧਿਆਇਨ ਦਾ ਸਤ ਸੰਗਤ ਸਤਿਗੁਰ ਭਾਏ, ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ, ਇਹੋ ਭਵਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਧਰਾਏ, ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ, ਧੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬਿਦਾਰਿਅਨ ਹਰ ਦਰਗਹਿ ਲਏ ਛਡਾਏ, ਗੁਰਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਈਏ ਭਲਾ